गोलमाल न्यूज़ ਦੇ ਸਾਰੇ ਹੀ ਸਰੋਤਿਆਂ ਨੂੰ ਮੈਂ ਆਉਣ ਵਾਲੇ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਬਾਦ ਦਿੰਦਾ ਔਰ ਪ੍ਰਮਾਤਮਾ ਪਾਸੋਂ ਅਰਦਾਸ ਕਰਦਾ ਕਿ ਪ੍ਰਮਾਤਮਾ ਸਭ ਨੂੰ ਸਿਹਤ ਤੰਦਰੁਸਤੀ ਬਖਸ਼ਣ ਔਰ ਸਾਫ਼ ਸੁਥਰੇ ਚੰਗੇ ਰਾਸਤੇ 'ਤੇ ਚੱਲਣ ਦਾ ਬਲ ਬਖਸ਼ਣ ਔਰ ਸਾਰਿਆਂ ਦੀਆਂ ਝੋੜੀਆਂ ਖੁਸ਼ੀਆਂ ਅਤੇ ਖੇੜਿਆਂ ਨਾ ਭਰਨ। ਇਹੀ ਸੱਚੇ ਪਿਤਾ ਪਰਮੇਸ਼ਵਰ ਦੇ ਚਰਨਾਂ 'ਚ ਮੇਰੀ ਅਰਦਾਸ ਹੈ ਔਰ ਮੈਂ ਔਰ ਮੇਰੇ ਨਾਲ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸਾਹਿਬ ਅਸ਼ਵੰਤ ਭੱਲਾ ਜੀ, ਅਸੀਂ ਇੱਕ ਅਪੀਲ ਵੀ ਸਾਂਝੀ ਅਪੀਲ ਸਾਡੀ ਹੈ ਕਿ ਜਿਵੇਂ ਕਿ ਸਾਰੇ ਜਾਣਦੇ ਆ ਕਿ ਭਾਰਤ ਜੋੜੋ ਯਾਤਰਾ ਸ਼੍ਰੀ ਰਾਹੁਲ ਗਾਂਧੀ ਜੀ ਨੇ ਜਿਹੜੀ ਮੈਂ ਕਹਿੰਦਾ 7 ਸਤੰਬਰ ਤੋਂ ਕੰਨਿਆ ਕੁਮਾਰੀ ਤੋਂ ਸ਼ੁਰੂ ਕੀਤੀ ਸੀਗੀ, ਲਗਭਗ 3500 ਕਿਲੋਮੀਟਰ ਪੂਰਾ ਕਰਕੇ ਉਹ ਹੁਣ ਪੰਜਾਬ ਆਉਣ ਵਾਲੀ ਆ 8-9 ਤਰੀਕ ਦੇ ਡੇਟਸ ਦੇ ਵਿੱਚ। ਅਤੇ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ, ਇਕੱਲੇ ਕਾਂਗਰਸੀਆਂ ਨੂੰ ਨਹੀਂ, ਸਾਰੇ ਲੋਕਾਂ ਨੂੰ, ਕਿਉਂਕਿ ਇਹ ਇੱਕ ਪੋਲੀਟੀਕਲ ਯਾਤਰਾ ਨਹੀਂ ਗੀ, ਇਹ ਇੱਕ ਹਰ ਧਰਮ ਦੇ ਹਰ ਸਮਾਜ ਦੇ ਪ੍ਰਤੀ ਇੱਕ ਇਹ ਯਾਤਰਾ ਹੈਗੀ ਆ ਜਿਹਦੇ ਵਿੱਚ ਇੱਕ ਬੜਾ ਸਟਰੋਂਗ ਮੈਸੇਜ ਹੈ ਕਿ ਭਾਰਤ ਨੂੰ ਜੋੜਨਾ ਹੈ, ਜਿਹੜੀਆਂ ਧਰਮਾਂ ਦੇ ਨਾਂ 'ਤੇ ਵੰਡੀਆਂ ਪਾਈਆਂ ਜਾ ਰਹੀਆਂ ਆ ਉਹਨਾਂ ਨੂੰ ਖਤਮ ਕਰਨਾ ਹੈ। ਸੋ ਉਹ ਇੱਕ ਅਪੀਲ ਆ ਸਾਡੀ, ਹੱਥ ਬੰਨ ਕੇ ਬੇਨਤੀ ਹੈ ਕਿ ਸਾਰੇ ਉਤਸ਼ਾਹ ਦੇ ਨਾਲ ਜਲੰਧਰ ਵਾਸੀ ਔਰ ਖਾਸ ਕਰਕੇ ਹਲਕਾ ਜਲੰਧਰ ਕੈਂਟ ਤੋਂ ਜਿੰਨੇ ਵੀ ਸਾਡੇ ਸੂਝਵਾਨ ਲੋਕ ਹੈਗੇ ਆ ਉਹ ਇਸ ਯਾਤਰਾ ਵਿੱਚ ਸ਼ਾਮਲ ਹੋ ਕੇ ਰਾਹੁਲ ਗਾਂਧੀ ਜੀ ਦਾ ਵੈਲਕਮ ਕਰਨ ਔਰ ਇੱਕ ਅੱਛਾ ਸੁਨੇਹਾ ਦੇ ਕੇ ਆਪਾਂ ਰਾਹੁਲ ਗਾਂਧੀ ਜੀ ਨੂੰ ਇੱਥੋਂ ਭੇਜੀਏ, ਇੱਕ ਯਾਦਗਾਰ ਯਾਤਰਾ ਨੂੰ ਬਣਾਈਏ। ਸੋ ਸਭ ਵੀਰਾਂ ਨੂੰ ਇਹ ਅਪੀਲ ਵੀ ਹੈ ਸਾਡੀ ਔਰ ਇੱਕ ਵਾਰ ਫਿਰ ਤੋਂ ਮੈਂ ਨਵੇਂ ਸਾਲ ਦੀ ਬਹੁਤ ਬਹੁਤ ਮੁਬਾਰਕਬਾਦ ਸਾਰਿਆਂ ਨੂੰ ਤੁਹਾਨੂੰ ਦਿੰਦਾ, ਬਹੁਤ ਬਹੁਤ ਮੁਬਾਰਕਬਾਦ, ਜੈ ਹਿੰਦ।